ਭਾਈ ਵੀਰ ਸਿੰਘ ਜੀ ਲਿਖਦੇ ਆ, ਇਹੋ ਜੀ ਚੱਕਰੀ ਕੀਤੀ ਹੈ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ। ਗੁਰੂ ਅੰਗਦ ਦੇਵ ਜੀ ਦਾ ਸਾਰਾ ਜੀਵਨ ਹੀ ਨਾਨਕ ਪ੍ਰੇਮ ਸੀ। ਗੁਰੂ ਅੰਗਦ ਦੇਵ ਜੀ ਦੀ ਨਜ਼ਰ ਵਿੱਚ ਗੁਰੂ ਨਾਨਕ ਮਨੁੱਖ ਨਹੀਂ ਸੀ, ਆਪ ਨਿਰੰਕਾਰ ਦਾ ਰੂਪ ਸੀ। ਆਖੋ ਸਤਨਾਮ। ਇੰਨਾ ਕੁ ਪਿਆਰ ਹੋਵੇ ਗੁਰੂ ਨਾਨਕ ਨਾਲ, ਕਲਗੀਆਂ ਵਾਲੇ ਨਾਲ, ਰੱਬ ਵੀ ਸਾਹਮਣੇ ਆ ਕੇ ਖਲੋ ਜੇ ਤੇ ਕਹਿ ਦੇਣਾ ਜੇ ਦਰਸ਼ਨ ਦੇਣੇ ਤੇ ਕਲਗੀਆਂ ਵਾਲੇ ਦੇ ਰੂਪ ਚ ਦੇ ਦੇ। ਭਾਈ ਵੀਰ ਸਿੰਘ ਲਿਖਦੇ ਸਾਰਾ ਜੀਵਨ ਭਾਈ ਲੈਣਾ ਜੀ ਦਾ ਨਾਨਕ ਪ੍ਰੇਮ, ਉਹਨਾਂ ਦੀ ਨਜ਼ਰ ਵਿੱਚ ਗੁਰੂ ਨਾਨਕ ਮਨੁੱਖ ਨਹੀਂ ਨਿਰੰਕਾਰ ਦਾ ਰੂਪ। ਇਹ ਛੱਟੇ ਸਾਡੇ ਤੇ ਪੈਣ, ਸਾਰੇ ਬੋਇਆਂ ਦਾ ਸਤਿਕਾਰ ਕਰੀਏ ਪਰ ਬੂਹਾ ਖੜਕੇ ਤੇ ਕਲਗੀਆਂ ਵਾਲੇ ਦਾ ਹੀ ਖੜਕੇ। ਇਹਨਾਂ ਸਾਡੇ ਸੁਰਤ ਵਿੱਚ ਗੁਰੂ ਨਾਨਕ ਦੇ ਘਰ ਦੇ ਲਈ ਨਿਰੰਕਾਰ ਭਾਵਨਾ ਹੋਵੇ, ਦੂਜਾ ਬੂਹਾ ਵੀ ਨਾ ਖੜਕੇ ਤੇ ਸਾਡੀ ਜਿੰਨੀ ਰਾਧਨਾ ਦਸਾਂ ਪਾਤਸ਼ਾਹੀਆਂ ਚੋਂ ਜਿੱਥੇ ਧਿਆਨ ਧਰਦੇ ਹੋ, ਮਨੁੱਖ ਸਮਝ ਕੇ ਨਹੀਂ ਧਰਦਾ, ਨਿਰੰਕਾਰ ਸਮਝ ਕੇ। ਇੱਕ ਸਟੇਸ਼ਨ ਤੇ ਦਰਸ਼ਨ ਦੇ ਸਕਦੇ ਚੋਲਾ ਬਦਲਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ, ਬਾਬਾ ਨਿਧਾਨ ਸਿੰਘ ਜੀ ਗਏ ਪੰਜਾਬ ਚੋਂ ਹੀ ਸੀ, ਇੱਥੇ ਉਹਨਾਂ ਦਾ ਪਿੰਡ ਹਜ਼ੂਰ ਸਾਹਿਬ, ਉੱਥੇ ਕੁਝ ਸਾਲ ਰਹੇ ਤੇ ਥੋੜ੍ਹਾ ਜਿਹਾ ਕੋਈ ਈਰਖਾ ਜੀ ਹੋ ਗਈ ਤੇ ਵੈਸ ਜੀ, ਉਹਨਾਂ ਕਿਹਾ ਚਲੋ ਅਸੀਂ ਕੀ ਲੈਣਾ, ਜਨਮ ਸਫਲ ਕਰਨ ਆਏ ਹਾਂ, ਪੰਜਾਬ ਵਾਪਸ ਚੱਲਦੇ ਹਾਂ। ਸਟੇਸ਼ਨ 'ਤੇ ਆ ਗਿਆ, ਟ੍ਰੇਨ ਫੜਨ ਲਈ ਗੁਰੂ ਗੋਬਿੰਦ ਸਿੰਘ ਨੇ ਸਟੇਸ਼ਨ 'ਤੇ ਦਰਸ਼ਨ ਦਿੱਤੇ ਅਤੇ ਕਈ ਕਲੰਡਰਾਂ ਦੇ ਤਸਵੀਰ ਜਾਂ ਵੇਖਦੇ ਉਹਨਾਂ ਨੇ ਹੱਥ ਰੱਖਿਆ ਅਤੇ ਫਿਰ ਆਖਿਆ ਵਾਪਸ ਚੱਲੋ, ਫਲਾਣੀ ਜਗ੍ਹਾ ਤੇ ਸਾਡਾ ਪੁਰਾਤਨ ਲੰਗਰ ਚੱਲਦਾ ਸੀ, ਉੱਥੇ ਜਾ ਕੇ ਲੰਗਰ ਸ਼ੁਰੂ ਕਰੋ। ਉਹ ਕਹਿੰਦੇ ਜੀ ਮੈਂ ਕੀ ਕਰਾਂਗਾ, ਇਕੱਲਾ ਕਿਵੇਂ ਕਰਾਂ, ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਹੱਥ ਰੱਖਿਆ ਸਟੇਸ਼ਨ ਦੇ, ਨਾਲੇ ਦਰਸ਼ਨ ਦਿੱਤੇ ਤੇ ਦੋ ਗੱਲਾਂ ਕਹੀਆਂ, ਅੱਜ ਤੋਂ ਬਾਅਦ ਖੀਸਾ ਮੇਰਾ ਤੇ ਹੱਥ ਦੇ ਰਿਹਾ, ਜਕਾਰਾ ਦਿਓ ਗਾਜ ਕੇ। ਗੁਰੂ ਗੋਬਿੰਦ ਸਿੰਘ ਕਹਿੰਦੇ ਖੀਸਾ ਮੇਰਾ ਹੱਥ ਤੇਰਾ, ਖਾਵੇ ਖਰਚੇ ਰਲ ਮਿਲ ਭਾਈ, ਤੋੜ ਨਾ ਹੋਵੇ। ਦੂਜਾ ਵਜਨ ਕੀਤਾ ਵੀ ਇੱਕ ਮੁੱਠ ਛੋਲਿਆਂ ਦੀ, ਬਸ
ਇੱਕ ਮੁੱਠ ਛੋਲਿਆਂ ਦੀ ਲੈ ਕੇ ਲੰਗਰ ਆਰੰਭ ਕਰ ਦਿਓ। ਅੱਗੋਂ ਸਾਡੀਆਂ ਡਿਊਟੀਆਂ ਨੇ ਕਿਹਦੇ ਹਿਰਦੇ ਤੇ ਬਹਿ ਕੇ ਤੁਹਾਨੂੰ ਪਦਾਰਥ ਭੇਜਣੇ ਨੇ। ਐਡਾ ਸਮਰੱਥ ਹੈ ਐਡਾ ਸਮਰੱਥ। ਮੇਰੀ ਗੱਲ ਸਿਰਫ ਚੱਲੀ ਅੱਜ ਗੁਰੂ ਅੰਗਦ ਸਾਹਿਬ ਦਾ ਆਗਮਨ ਦਿਹਾੜਾ। ਉਹਨਾਂ ਨੇ ਗੁਰੂ ਨਾਨਕ ਨੂੰ ਮਨੁੱਖ ਨਹੀਂ ਸਮਝਿਆ, ਨਿਰੰਕਾਰ ਭਾਵਨਾ ਰੱਖੀ। ਇਹ ਸੁਣ ਕੇ ਨਾ ਛਿੱਟੇ ਪਾਓ ਆਪਣੇ। ਮੈਂ ਕਿੱਥੇ ਖੜੀ ਆ, ਮੈਂ ਕਿੱਥੇ ਖੜਾ, ਮੇਰੀ ਵੀ ਦਸਾਂ ਪਾਤਸ਼ਾਹੀਆਂ ਜੋ ਜਿੱਥੇ ਧਿਆਨ ਧਰਦੇ ਵਧੀਆ। ਆਪਣੇ ਗੁਰਦੇਵ ਦੇ, ਕਲਗੀ ਵਾਲੇ ਦੇ, ਗੁਰੂ ਹਰਕ੍ਰਿਸ਼ਨ ਸਾਹਿਬ ਦੇ, ਗੁਰੂ ਹਰਿ ਸਾਹਿਬ ਦੇ, ਗੁਰੂ ਹਰਗੋਬਿੰਦ ਸਾਹਿਬ ਦੇ, ਗੁਰੂ ਨਾਨਕ ਦੇ, ਜਿੱਥੇ ਵੀ ਧਿਆਨ ਦਿੰਦੇ, ਇਹ ਭਾਵਨਾ ਬਣੀ ਹੈ ਕਿ ਨਹੀਂ? ਅੱਜ ਵੇਖੋ ਬਾਬਾ ਨਿਧਾਨ ਸਿੰਘ ਦਾ ਲੰਗਰ, ਮੇਰਾ ਖਿਆਲ 50,000,00,000 ਬੰਦਾ ਰੋਜ਼ ਛਕਦਾ। ਆਖੋ ਸਾਥਾ, ਉਹ ਮੁੱਠ ਛੋਲਿਆਂ ਦੀ ਕੰਮ ਕਰ ਰਹੀ, ਈਸਾ ਮੇਰਾ ਤੇ ਹੱਥ ਤੇਰਾ ਕੰਮ ਕਰ ਰਿਹਾ, ਇਹਨੂੰ ਕੀ ਕਹਾਂਗੇ? ਬਾਜਿਆਂ ਵਾਲੇ ਕੋਈ ਮਨੁੱਖ ਨੇ, ਉਹ ਨਿਰੰਕਾਰ ਨੇ।